ਅੱਜ ਦੇ ਪ੍ਰੈਸ ਕਾਨਫਰੰਸ ਦਾ ਵਿਸ਼ਾ ਬਹੁਤ ਗੰਭੀਰ ਹੈ ਉਹ ਹੈਗੇ ਆ ਪੰਜਾਬ ਦੀ ਸੁਰੱਖਿਆ ਪੰਜਾਬ ਕਿਉਂਕਿ ਬਾਰਡਰ ਸਟੇਟ ਹੈ ਪੰਜਾਬ ਦੀ ਇੰਟਰਨਲ ਸਿਕਿਉਰਿਟੀ ਜਿਹੜੀ ਹੈ ਉਹਦਾ ਰੋਡ ਮੈਪ ਸਾਡੇ ਕੋਲੇ ਬਿਲਕੁਲ ਤਿਆਰ ਹੈ ਕਾਂਗਰਸ ਆਪਸ ਦੇ ਵਿੱਚ ਲੜ ਰਹੀ ਹੈ ਇਸ ਕਰਕੇ ਉਹ ਸੂਬੇ ਦੇ ਸੁਰੱਖਿਆ ਦੇ ਮਾਮਲੇ ਵੱਲ ਧਿਆਨ ਨਹੀਂ ਦੇ ਪਾ ਰਹੀ ਚਾਰ ਡੀਜੀਪੀ ਬਦਲਤੇ ਗਏ ਨੇ ਪੁਲਿਸ ਨੂੰ ਇਹ ਨਹੀਂ ਪਤਾ ਲੱਗਦਾ ਕਿ ਕੱਲ੍ਹ ਨੂੰ ਸਾਡਾ ਹੈੱਡ ਕੌਣ ਹੋਊਗਾ ਤਾਂ ਇਸ ਕਰਕੇ ਉਹ ਕੋਈ ਲੌਂਗ ਟਾਈਮ ਲੌਂਗ ਟਰਮ ਡਿਸੀਜਨ ਨਹੀਂ ਲੈ ਸਕਦੇ ਇਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ ਭਾਜਪਾ ਦੀ ਉਹਦੇ ਵਿੱਚ ਵੀ ਬੇਅਦਬੀਆਂ ਔਰ ਛੇੜਛਾੜ ਦੇ ਮਾਮਲੇ ਈਵ ਟੀਜ਼ਿੰਗ ਦੇ ਮਹਿਲਾਵਾਂ ਨਾਲ ਚੇਨੀਆਂ ਖੋਣੀਆਂ ਆਮ ਜੀ ਗੱਲ ਸੀ ਸਮਗਲਰਾਂ ਦੀ ਆਪਸ 'ਚ ਗੈਂਗਸਟਰਾਂ ਦੀ ਆਪਸ 'ਚ ਲੜਾਈਆਂ ਗੋਲੀਆਂ ਚੱਲਣੀਆਂ ਆਮ ਜੀ ਗੱਲ ਸੀ ਕਿਉਂਕਿ ਮਜ਼ਬੂਤ ਸਰਕਾਰ ਨਹੀਂ ਸੀ ਇਸ ਕਰਕੇ ਇਹ ਜਿਹੜਾ ਜਿਵੇਂ ਹੁਣ ਕਾਲੀ ਮਾਤਾ ਦੇ ਮੰਦਰ 'ਚ ਪਟਿਆਲਾ ਬੇਅਦਬੀ ਦੀ ਕੋਸ਼ਿਸ਼ ਹੋਈ ਦਰਬਾਰ ਸਾਹਿਬ ਹੋਈ ਬਲਾਸਟ ਹੋਇਆ ਲੁਧਿਆਣੇ ਕਿਉਂਕਿ ਸਾਡਾ ਜਿਹੜਾ ਹੋਮ ਮਿਨਿਸਟਰ ਹੈ ਉਹ ਖੁਦ ਇਹ ਕਹਿ ਰਿਹਾ ਕਿ ਜਦੋਂ ਦਾ ਮੈਂ ਹੋਮ ਮਿਨਿਸਟਰ ਬਣਿਆ ਮੇਰਾ ਪ੍ਰਧਾਨ ਮੇਰੇ ਨਾਲ ਬੋਲਦਾ ਨਹੀਂ ਨਵਜੋਤ ਸਿੰਘ ਸਿੱਧੂ ਜੇ ਮੇਰੇ ਨਾਲ ਇੰਨੀ ਹੋਇਆ ਤਾਂ ਮੈਂ ਆਪਦਾ ਜਿਹੜਾ ਅਹੁਦਾ ਉਹਦੇ ਪੈਰਾਂ 'ਚ ਧਰ ਦਿੰਦਾ ਤਾਂ ਫਿਰ ਉੱਤੋਂ ਜਿਹੜਾ ਪ੍ਰਧਾਨ ਹੈ ਉਹ ਫੋਰਸਿਸ ਬਾਰੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਿਹਾ ਕਿ ਜਿਹੜੀ ਬਿਆਨ ਹੀ ਨਹੀਂ ਕੀਤੀ ਜਾ ਸਕਦੀ ਜਿਹਦਾ ਵਿਰੋਧ ਹੋਇਆ ਖੁਦ ਫੋਰਸ ਨੇ ਵਿਰੋਧ ਕੀਤਾ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਅਸੀਂ ਪੰਜਾਬ ਦੀ ਸੁਰੱਖਿਆ ਜਿਹੜੀ ਹੈ ਇੰਟਰਨਲ ਸਿਕਿਉਰਿਟੀ ਅਮਨ ਅਮਾਨ ਭਾਈਚਾਰਕ ਸਾਂਝ ਸਾਡੀ ਪ੍ਰਾਇਓਰਟੀ ਹੋਊਗੀ ਬਾਰਡਰ ਦੇ ਪਰਲੇ ਪਾਸਿਓਂ ਡਰੋਨ ਵੀ ਆਉਂਦੇ ਨੇ ਤੇ ਦੇਸ਼ ਵਿਰੋਧੀ ਤਾਕਤਾਂ ਹਮੇਸ਼ਾ ਲੱਗੀਆਂ ਰਹਿੰਦੀਆਂ ਨੇ ਪੰਜਾਬ ਦੇ ਵਿੱਚ ਨਫ਼ਰਤ ਦੇ ਬੀਜ ਬੀਜਣ ਨੂੰ ਪਰ ਪੰਜਾਬੀਆਂ ਦੀ ਫਿਤਰਤ ਹੈ ਕਿ ਅਮਨ ਅਮਾਨ ਨਾਲ ਭਾਈਚਾਰਕ ਸਾਂਝ ਤੋੜਦੇ ਨਹੀਂ ਆਮ ਆਦਮੀ ਪਾਰਟੀ ਸਰਕਾਰ ਬਣੂਗੀ ਤਾਂ ਅਸੀਂ ਪੰਜਾਬ ਪੁਲਿਸ ਨੂੰ ਫਰੀ ਹੈਂਡ ਦੇਵਾਂਗੇ ਪੰਜਾਬ ਪੁਲਿਸ 'ਚ ਬਹੁਤ ਕਾਬਿਲ ਅਫਸਰ ਨੇ ਪੰਜਾਬ ਪੁਲਿਸ ਸਕਸ਼ਮ ਹੈ ਹਰ ਇੱਕ ਮਾਮਲੇ ਨੂੰ ਨਜਿੱਠਣ 'ਚ ਸਮਰੱਥਾ ਹੈਗੀ ਹੈ ਪਰ ਜਦੋਂ ਇਹ ਦੋਸ਼ ਲੱਗਦੇ ਨੇ ਕਿ SSP ਦੀ ਪੋਸਟ SP ਦੀ ਪੋਸਟ ਪੈਸੇ ਲੈ ਕੇ ਕੀਤੀ ਜਾਂਦੀ ਹੈ ਤਾਂ ਫਿਰ ਉਹ ਬੰਦੇ ਨੇ ਤਾਂ ਫਿਰ ਪਹਿਲਾਂ ਪੈਸੇ ਪੂਰੇ ਕਰਨੇ ਨੇ ਉਹਨੇ ਕੀ ਲੈਣਾ ਉਹਨੇ ਤਾਂ ਫਿਰ ਜਿਹੜੇ ਗਲਤ ਅਨਸਰ ਨੇ ਉਹਨਾਂ ਦਾ ਹੀ ਸਾਥ ਦੇਣਾ ਉਹਨੇ ਕਿ ਮੈਂ ਤੈਨੂੰ ਬਚਾ ਦੂੰਗਾ ਤੂੰ ਮੈਨੂੰ ਆਹ ਕੁਛ ਕਰ ਦੇ ਕਿਉਂਕਿ ਉਹਨੇ ਤਾਂ ਬਚਾਉਣੇ ਨੇ ਸੋ ਪੰਜਾਬ ਪੁਲਿਸ ਨੂੰ ਫਰੀ ਹੈਂਡ ਦੇਵਾਂਗੇ ਜਿੰਨੇ ਵੀ ਕਾਬਲ ਇਮਾਨਦਾਰ ਪੁਲਿਸ ਅਫਸਰ ਨੇ ਉਹਨੂੰ ਫੀਲਡ ਦੇ ਵਿੱਚ ਮੌਕਾ ਮਿਲੂਗਾ ਫੀਲਡ 'ਚ ਕੰਮ ਕਰਨ ਦਾ ਅਤੇ ਡਰੱਗ ਟਾਸਕ ਫੋਰਸ ਬਣਾਵਾਂਗੇ ਨਸ਼ਾ ਮੁਕਤ ਕਰਨ ਵਾਸਤੇ ਪੰਜਾਬ ਨੂੰ ਔਰ ਉਸ ਟਾਸਕ ਫੋਰਸ ਦੇ ਵਿੱਚ ਕੋਈ ਪੋਲੀਟੀਕਲ ਇੰਟਰਫੇਰੈਂਸ ਨਹੀਂ ਹੋਊਗੀ ਇੱਥੋਂ ਤੱਕ ਮੈਂ ਤੁਹਾਡੇ ਨਾਲ ਅੱਜ ਦੱਸਣਾ ਚਾਹੁੰਦਾ ਕਿ ਜੇ ਸਾਡਾ ਕੋਈ ਸਾਡੀ ਸਰਕਾਰ ਦਾ ਚੁਣਿਆ ਹੋਇਆ MLA ਜਾਂ ਕੋਈ ਮੰਤਰੀ ਫੋਨ ਕਰਦਾ ਕਿਸੇ ਥਾਣੇ 'ਚ ਕਿ ਆਹ ਗਲਤ ਬੰਦਾ ਗਲਤ ਹੈ ਪਰ ਉਹ ਕਹਿੰਦਾ ਨਹੀਂ ਯਾਰ ਛੱਡ ਦਿਓ ਆਪਣਾ ਬੰਦਾ ਜਾਂ ਫਲਾਣੇ ਦਾ ਬੰਦਾ ਜਾਂ ਕੋਈ ਸਹੀ ਬੰਦੇ 'ਤੇ ਗਲਤ ਪਰਚਾ ਪਾਉਣ ਵਾਸਤੇ ਫੋਨ ਕਰਦਾ ਤਾਂ ਅਸੀਂ MLA ਜਾਂ ਮੰਤਰੀ 'ਤੇ ਕਾਰਵਾਈ ਕਰਾਂਗੇ ਮੈਂ ਐਗਜ਼ਾਮਪਲ ਦੇ ਦੇਣਾ ਤੁਹਾਨੂੰ ਜੋ ਬਾਈਡਨ ਪੂਰੀ ਦੁਨੀਆ ਦੇ ਤਾਕਤਵਰ ਮੁਲਕ ਦਾ ਪ੍ਰੈਜੀਡੈਂਟ ਹੈ ਪਰ ਜੇ ਉਹ ਕਿਸੇ ਵਾਸ਼ਿੰਗਟਨ ਦੇ ਜਾਂ ਕਿਤੇ ਕੈਲੀਫੋਰਨੀਆ ਦੇ ਜਾਂ ਨਿਊਯਾਰਕ ਦੇ ਕਿਸੇ ਥਾਣੇ 'ਚ ਫੋਨ ਕਰਦੇ ਕਿ ਆਹ ਬੰਦਾ ਛੱਡ ਦਿਓ ਸਾਡੇ ਬੰਦਾ
तो उन्होंने अद्धे घंटे इस्तीफा देना पैंदा। उन्होंने जवाब यह दिता जाता पुलिस वालों कि जी वाइट हाउस के कानून बना के दे दो कि इन्हों फड़ना इन्हों नहीं फड़ना, पर कानून लागू करने के इंटरफेयर नहीं कर सकते। बिल्कुल उस तर्ज से असी आम आदमी पार्टी वालों पंजाब नू सेफेस्ट स्टेट बनावांगे देश की। इहदे वास्ते चाहे सानू किसी दे मिन्नतां भी करनियां पै सक बेनतियां करनियां पै सकदियां ने, पर पंजाब की सुरक्षा जिहड़ी है उहनू असी दाव ते कदे नहीं लावांगे। जो पिछले दिन घटनावां होईयां बहुत मंदभागियां ने, पर पिछले पांच साल च किन्नियां आडियो लीक होईयां MLAs दियां ते मंत्रियां दियां, पुलिस वालियां नू धमकियां दिंदे तेरा मैं बिस्तरा गोल करा दूं, तू तेरी हिम्मत किवें होई है इह करन दी, तैनूं पता नहीं मैं इत्थों दा MLA आ ते तू मेरे घरें सलूट मारन नहीं आया। इहदे नाल ना पुलिस किते ना किते जाके कहिंदी यार साडा कसूर की है। सो असीं इस तरह का माहौल नहीं पैदा करांगे। असी हर बंदा मतलब पिंड दे विच कोई चलो मशहूर हुंदा है जां कोई थोड़ा बहुत कारोबार आपदा जुगाड़ ला के पांच पांच सात सात गन मैन लई फिरदे ने, थाने खाली पए ने, पुलिस तो पुलिस वाला काम नहीं लिया जा रहा। बहुत बारी सानू शिकायतां यह भी मिलियां ने कि जिहड़े कुछ पुराने अफसरां दे गनमैन ने मज्जां चोण तो लैके उन्होंने घर की खेती करन तो लैके बच्चों स्कूल छड्डन तक लैके काम इह जे कीते जांदे, जबकि भर्ती होए ने सुरक्षा वास्ते। सो नफरी भी पूरी होगी, इज्जत माण भी दिता जाऊगा, जो कोई गलत करूगा तो कार्रवाई भी होगी, सही करन ते तारीफ भी होगी। असी बॉर्डर स्टेट नू ये डराउंदे ने, वोटां वेले कहने बॉर्डर स्टेट BJP बिहार च वोटां पैंदियां उदों उदों नू पाकिस्तान याद आ जांदा, दिल्ली च वोटां पैंदियां पाकिस्तान याद आ जांदा, हुण फिर कैप्टन साहब ने पाकिस्तान कढ रखिया, जबकि सारयां नू पता ही है उन्हां दे पाकिस्तान नाल बड़े अच्छे संबंध रहे ने। सो इंटरनल सिक्योरिटी ते मैं तुहानू अज इह पंजाब दे लोकां नू मैं गरंटी दिन्ना कि धरने टावरां ते चढ़ना टैंकियां ते बहना ये सारे मसले हल हो जाणगे, क्योंकि सब नू काम मिलेगा, माण मिलेगा, इज्जत मिलेगी, तो एक नवा पंजाब जी दी आपां गल करदे आ उह सिर जांगे। तो 20 फरवरी नू लोग एक नवी कहानी लिखण जा रहे ने, जो पंजाब दे लोकां तों सानू असीं पिंडां च जांदे आ, कल वी पिंडां च फिरदे सी उधर, तां लोग बस यही कहिंदे ने कि छेती आवे 20 तरीक ते असीं आप जित्तीए, अपने आप जित्तीए। सो पंजाब दी सुरक्षा दी, पंजाब दी अमन शांति दी बहाली और कायम रखना इहदी गरंटी आम आदमी पार्टी लैंदी है। ते तुसी कोई सवाल करो देखो, इस तरह दियां गल्लां कहण नाल कोई इमोशनल तुसी जिहड़ियां गल्लां कर रहे हो, कानून कार्रवाई करूगा जी, कख ना रवे जां कख रवे ये तां कानून दे हत्थ च है, ठीक है ना। हुण उहनां नूं 3 दिन की मोहलत मिली है ते कैंसल कर दित्ती गई उहनां दी जिहड़ी बेल है एंटीसपेटरी, ये तां हुण कोर्ट नूं पता होगा कि कारण की रहे, शायद उहनां ने देखिया होगा कि बेल तां एंटीसपेटरी वैसे दित्ती सी, ये पोलीटिकल एक्टिविटियां करन लग गए, ठीक है ना। सो एक बारी चौटाला साहब की बेल भी इहदी कैंसल कीती सी जदों उह आके पोलीटिकल एक्टिविटियां च इनवॉल्व हो गए सी। सो कानून आपकी कार्रवाई करूगा। नहीं, हमने ये मुद्दा उठाया था ऑल पार्टी मीटिंग में, मुद्दा उठाया था ऑल पार्टी मीटिंग में
पहले 5 किलोमीटर था, अब 50 कर दिया, लेकिन जो इंटरनल सिक्योरिटी है वो स्टेट सब्जेक्ट है, ठीक है ना। पंजाब पुलिस सक्षम है, जैसे अभी पैरामिलिट्री फोर्स की कंपनियां आ चुकी हैं पंजाब में, आपने देखा होगा कोई नाका लगा है, साथ में पंजाब पुलिस है, पंजाब पुलिस को असिस्ट करने के लिए है, वो सीधा एक्शन नहीं ले सकते, ठीक है ना। सो इसलिए ये मुद्दा भी उठावांगे मिलके, बॉर्डर सिक्योरिटी फोर्स भी साड़ी हुई है, मिलके असी जिहड़ा वो पंजाब दा अमन शांति कायम रखनी है। असी किसी नूं ये नहीं कहना कि इन्ना तेरा है इन्ना तेरा है, पंजाब बहुत बारी वंडिया गया, हुण होर नहीं वंडिया। मैनू हुण भी जदों चेहरा अनाउंस होया मेरा, मैनू आया जिहड़ा सिक्योरिटी दा फोन कि तुसी तुहानू असीं CISF जां कुछ CRP वगैरह तुहाडा वधाउणा है। मैं कहा जी नहीं, मैनू कोई प्रॉब्लम नहीं, जे इन्ना प्यार लोग करदे ने फिर तुहानू मतलब कोई ज्यादा इस लैवल की सिक्योरिटी के जिहड़ी लोगों के नेड़े ना लगन देवे। सो असीं उन्हां लीडरां चों नहीं हैगे, असीं आम घरां चों उठे हुए हैं और आम लोगों च मैं रहना, जिहड़ी मेरे नाल प्रोटोकॉल है, चलो जिन्ने के हैगे ने मुंडे उन्होंने मैं कहा होया कि धक्का नहीं मारना, मेरे तो पिछे रहो, कोई नहीं मैं बद तो बद की होगा, मेरे मोढ़े ते हाथ धर के जाफी पा के सैल्फी करानी होंदी है। मैं ऑडियो सुनी नहीं, मैं बिना तथ्यों तो बोलता नहीं, पर मैंने इन्ना कहना मैं कि वो गल बहुत ही गंभीर है जिहड़ी उन्हां दे जाली साइन करके ते बदलियां कर दित्तियां गईयां। हाँ मतलब देखो एक DGP दे जाली साइन हो जाण, इतनी वड्डी चूक की हो सकदी है। होर राहुल गांधी जी आ रहे ने एक दिन लिए, इथों ही पता लगता है कि पंजाब लई किन्ने सीरियस ने, ते परसों नूं केजरीवाल जी आ रहे, 3 दिन लिए आ रहे, इदों पहला 2-3 दिन पहला लग गए। असीं राहुल गांधी जी का स्वागत है, राहुल गांधी जी उन्होंने भी डेमोक्रेटिक राइट है, तो वो कांग्रेस के जिहड़े जनरल सैकटरी ने मेरे ख्याल करन। पता होगा जी, पर यह गल बिलकुल सही है कि उन्होंने उस वे दसना चाहिए, इन्होंने तो बिजली मंत्रालय ऑफर करता सी ना, इट मीनस उन्होंने गल मनी गई फिर, ठीक है ना। सो ये उन्होंने पता होगा कि डायरेक्ट आते इनडायरेक्ट आते। सर उम्मीद पे दुनिया कायम है, हमें उम्मीद है। आप ये देखो कमाल, ये देखो कि सुखबीर बादल भी कह रहा है कि हमारी सरकार बनेगी, मतलब जिनको लोग गांव में जाने नहीं देते, BJP भी कह रही है हमारी सरकार बनेगी। तो सबको हक है अपनी उम्मीद कायम करने का, लेकिन हमें लोग कह रहे हैं, उनके नेता कह रहे हैं, हमें लोग कह रहे हैं कि तुम्हारी सरकार बनेगी। हम दोनों रवायती पार्टियों से जो है वो रवायती पार्टियों से हम पीछा छुड़वाना चाहते हैं। आम आदमी पार्टी को लोग कांग्रेस नु दलित विरोधी पार्टी कहा जा रहे हैं, तो राघव चड्ढा जी ने भी तो पहले तो इस बारे की अपने देखो गल ये है, सिद्धू साहब कहंदे सी कि भाई भतीजा वाद नहीं चलना, तो उन्होंने अपने भतीजे नु अमरगढ़ तो टिकट लेती, पठर दे जवाई नु सानेवाल तो टिकट दे, अमर सिंह जिहड़े फतेहगढ़ साहब तो MP ने उन्होंने बेटे नु रायकोट तो देती, ठीक है ना। तो चन्नी साहब का भरा
ਉਹ ਮੰਗਦਾ ਸੀਗਾ ਬੱਸੀ ਪਠਾਣਾ ਤੋਂ ਉਹਨੂੰ ਕਹਿੰਦੇ ਨਾ 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 ਇਹ ਕੰਮ ਨਹੀਂ ਹੋ ਸਕਦਾ ਇੱਕੋ ਪਰਿਵਾਰ 'ਚ ਇੱਕ ਟਿਕਟ ਅਤੇ ਹੁਣ ਉਹ ਕਿੱਧਰ ਗਿਆ ਜਿਹੜਾ ਆਪਦਾ ਹੀ ਬਣਾਇਆ ਹੋਇਆ ਸਿੱਧੂ ਮਾਡਲ ਜਾਂ ਵਟ ਐਵਰ ਹੈ ਨਾ ਸੋ ਇਹ ਆ ਕੇ ਸਾਨੂੰ ਲੋਕ ਕਹਿੰਦੇ ਆ ਕਿ ਖਾਸ ਤੌਰ 'ਤੇ ਜਿਹੜਾ ਦਲਿਤ ਸਮਾਜ ਦੇ ਹੈ ਨਾ ਐਸੀ ਸਮਾਜ ਦੇ ਕਿ ਸਾਡੇ ਨਾਲ ਧੱਕਾ ਹੋ ਰਿਹਾ ਇਹ ਕਾਂਗਰਸ ਨੇ ਇੱਕ ਵਾਰੀ ਪਹਿਲਾਂ ਵੀ ਕੀਤਾ ਸੀ ਸੁਸ਼ੀਲ ਕੁਮਾਰ ਸ਼ਿੰਦੇ ਨੂੰ 3 ਮਹੀਨੇ ਪਹਿਲਾਂ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਾਤਾ ਸੀ ਵੋਟਾਂ ਤੋਂ ਬਾਅਦ ਬਣਾਇਆ ਨਹੀਂ ਸੋ ਇਹ ਉਹਨਾਂ ਦੀ ਫਿਤਰਤ ਹੈ ਕਿ ਉਹ ਇਸ ਤਰ੍ਹਾਂ ਦੀ ਜਾਤੀ ਪਾਤ ਦੀ ਰਾਜਨੀਤੀ ਕਰਦੇ ਆ ਆਮ ਆਦਮੀ ਪਾਰਟੀ ਜਾਤ ਪਾਤ ਦੀ ਰਾਜਨੀਤੀ ਨਹੀਂ ਕਰਦੀ ਜਵਾਬ ਦਿੱਤਾ ਜੀ ਦੇਖੋ ਮੈਂ ਮੱਥਾ ਟੇਕਣ ਗਿਆ ਸੀਗਾ ਦੋ ਬੜੇ ਇਤਿਹਾਸਿਕ ਗੁਰਦੁਆਰਾ ਸਾਹਿਬ ਮੂਲੋਵਾਲ ਅਤੇ ਰਣੀਕੇ ਦੇ ਵਿੱਚ ਪੁਰਾਤਨ ਸ਼ਿਵ ਮੰਦਰ ਮੈਂ ਉੱਥੇ ਮੱਥਾ ਟੇਕਣ ਗਿਆ ਸੀ ਅਤੇ ਕਈ ਵਾਰੀ ਕਿਉਂਕਿ ਮਸ਼ਹੂਰ ਹਾਂ ਜੀ ਫੇਮਸ ਹਾਂ ਪਤਾ ਲੱਗ ਜਾਂਦਾ ਇੱਥੋਂ ਦੀ ਲੰਘੂ ਬਾਹਰ ਆ ਕੇ ਲੋਕਾਂ ਨੇ ਕੋਈ ਫੁੱਲ ਸਿੱਟ 'ਤੇ ਮੈਂ ਕੋਈ ਸਪੀਕਰ ਨਹੀਂ ਉਹਦੇ 'ਚ ਯੂਜ਼ ਕੀਤਾ ਮੈਂ ਮੱਥਾ ਟੇਕ ਕੇ ਜਦੋਂ ਵਾਪਸ ਐਤਵਾਰ ਦਾ ਦਿਨ ਸੀ 3-4 ਬਰਾਤਾਂ ਸਟੱਕ ਹੋ ਗਈਆਂ ਉਸ ਰੋਡ 'ਤੇ ਤਾਂ ਜਿੱਥੇ ਅਸੀਂ ਮਾਈਕ ਯੂਜ਼ ਕੀਤਾ ਮੈਂ ਬੋਲਿਆ ਉੱਥੋਂ ਦੀ ਸਾਡੇ ਕੋਲ ਪਰਮਿਸ਼ਨ ਸੀ ਅਸੀਂ ਇਹ ਜਵਾਬ ਇਲੈਕਸ਼ਨ ਕਮਿਸ਼ਨ ਥੈਂਕ ਯੂ ਫੋਰ ਵਾਚਿੰਗ NT24 ਨਿਊਜ਼ ਦ ਨੈਸ਼ਨਲ ਟੈਲੀ 24 ਨਿਊਜ਼